Thank you.
Yeah.
ਦਾ ਰੱਖ ਕਰਦਾ ਪੈਂਦਾ ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣਦਾ ਜਿਹੜੇ ਗੁਰੂ ਬਣਾਉਣਗੇ ਉਹਨਾਂ ਨੂੰ ਤੂੰ ਜਾਣਾ ਹੈ। ਇਸ ਵਾਸਤੇ ਗੁਰੂ ਸਾਹਿਬ ਤਾਕੀਦ ਕਰਦੇ ਨੇ ਕਹਿੰਦੇ ਆਪਣੇ ਮਨ ਤੇਰੇ ਜੀਵਨ ਦਾ ਅਰਥ ਪਤਾ ਲੱਗ ਜਾਏ ਫਿਰ ਅਖੀਰ ਦੇ ਸਤ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਨੇ ਜਾਂ ਕੋ ਪਾਏ ਸੋਈ ਮਨਾ ਜਿਸ ਕੰਮ ਦਾ ਵਪਾਰ ਕਰਨ ਪਰਮਾਤਮਾ ਨੇ ਤੈਨੂੰ ਭੇਜਿਆ ਇਸ ਵਾਸਤੇ ਦੀ ਪੂੰਜੀ ਦੇ ਕੇ ਭੇਜਿਆ ਉਹ ਵਪਾਰ ਕਰ ਕਿਉਂਕਿ ਅੱਗੇ ਜਿਹੜਾ ਸ਼ਾਹ ਬੈਠਾ ਜਿਹਨੇ ਤੈਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਉਹਦਾ ਮੁਨੀਮ ਬੜਾ ਕਰਨਾ ਉਹਨੇ ਤੈਨੂੰ ਇੱਕ ਛਿਣ ਛਿਣ ਦਾ ਹਿਸਾਬ ਲੈਣਾ ਵਰਤ ਕਰੋ ਬਣ ਜਾ ਰਹੇ ਹੋ ਵੱਖਰ ਲਿਓ ਸੰਭਾਲ ਤੈਸੀ ਵਸਤ ਵਸਾਰੀ ਹੈ ਜੈਸੀ ਨਿਭਰ ਹੈ ਨਾਲ ਅੱਗੇ ਸ਼ਬਦ ਸੁਜਾਣ ਹੈ ਉਹ ਬੜਾ ਸਿਆਣਾ ਹੈ ਲੈਸੀ ਵਸਤ ਸੰਭਾਲ ਕਿ ਕੀ ਤੂੰ ਕੱਟਿਆ ਪਾਪ ਕੁੰਨ ਚਿੱਤ ਲਾਏ ਰਾਮ ਕਹਿ ਪਰ ਬੁੱਤੋਂ ਬੁੱਤੋਂ ਨਾ ਕਹਿੰਦਾ ਨਹੀਂ ਚਿੱਤ ਨਾਲ ਹਿਰਦੇ ਨਾਲ ਕਹਿ ਹਰ ਜਸ ਵੱਖਰ ਲੈ ਚੱਲੋ ਸ਼ੋ ਦੇਖੇ ਪਤਿਆ ਹਰੀ ਦੇ ਜਸ ਦਾ ਵਣਜ ਵਪਾਰ ਧਨ ਪਦਾਰਥ ਇਕੱਠਾ ਕਰਕੇ ਲੈ ਕੇ ਜਾ ਤੇਰੇ ਤੇ ਮਾਲਕ ਭਰੋਸਾ ਕਰੇਗਾ ਤੈਨੂੰ ਖੁਸ਼ੀ ਦੀ ਨਜ਼ਰ ਨਾਲ ਦੇਖੇਗਾ ਤੇਰਾ ਭਲਾ ਹੋ ਜਾਏਗਾ। ਇਸ ਵਾਸਤੇ ਪਿਆਰਿਆ ਅਰਦਾਸ ਕਰਦਾ ਅੰਦਰ ਜਾਮੀ ਗੁਰਖ ਜਗਾਦੇ ਸ਼ਰਧਾ ਮਨ ਕੀ ਗੁਰੇ ਮੇਰੀ ਇਹ ਮਨ ਦੀ ਸ਼ਰਧਾ ਹੈ ਅਰਦਾਸ ਕਰੇਗਾ ਗੁਰੂ ਦੇ ਚਰਨਾਂ ਦੀ ਗੁਰੂ ਕਹਿ ਸਕਦਾ ਕਿ ਹੇ ਵਾਹਿਗੁਰੂ ਮੇਰੇ ਜੇ ਮਨ ਦੀ ਸ਼ਰਧਾ ਹੈ ਕਿ ਤੂੰ ਪੂਰੀ ਕਰ ਦੇ ਕਿਉਂਕਿ ਤੂੰ ਅੰਤਰ ਜਾਮੀ ਹੈ ਤੂੰ ਮਨ ਦੀ ਜਾਣਨ ਵਾਲਾ ਹੈ ਇਸ ਵਾਸਤੇ ਹੇ ਵਾਹਿਗੁਰੂ ਮੇਰੇ ਤੇ ਇਹ ਕਿਰਪਾ ਕਰਦੇ ਅੰਤਰ ਜਾਮੀ ਗੁਰਖ ਜਗਾਦੇ ਸ਼ਰਧਾ ਮਨ ਕੀ ਪੂਰੇ ਹੇ ਨਿਮਾਣਾ ਤੇ ਸਾਧ ਸਾਹਿਬਾਂ ਨੇ ਬਚਨ ਕੀਤਾ ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾ ਜੇ ਤਾਂ ਨਿਮਾਣਾ ਹੋ ਕੇ ਰਹੇਗਾ ਤੇ ਗੁਰੂ ਨਾਲ ਰਹੇਗਾ ਕਿ ਜੇ ਹੰਕਾਰ ਵਿੱਚ ਆਇਆ ਹੋਮੇ ਵਿੱਚ ਆਇਆ ਤੇ ਗੁਰੂ ਦਾ ਤਾਪਲਾ ਛੁੱਟ ਜਾ ਫਿਰ ਪਾਲਤਾ ਕੀਤੇ ਇਸ ਵਾਸਤੇ ਆਖਿਆ ਹੇ ਵਾਹਿਗੁਰੂ ਮੈਨੂੰ ਆਪਣੇ ਪਿਆਰੇ ਦੇ ਚਰਨਾਂ ਦੀ ਧੂੜ ਬਣਾ ਦੇ ਐਸੀ ਮੇਰੇ ਤੇ ਰਹਿਮ ਕਰ ਦੇ ਇਹ ਮੇਰੇ ਮਨ ਦੀ ਸ਼ਰਧਾ ਹੈ ਪੂਰੀ ਕਰ ਈਸ਼ਵਰ ਦੁਆਰਾ ਸਤਿਗੁਰਾਂ ਨੇ ਬੜੇ ਪਿਆਰ ਨਾਲ ਸਾਨੂੰ ਸਮਝਾਇਆ ਆਪਣੇ ਜੀਵਨ ਦਾ ਅਰਥ ਸਾਨੂੰ ਦੱਸਿਆ ਤਾਂ ਕਿ ਅਸੀਂ ਜਦੋਂ ਵੀ ਕੀਰਤਨ ਦੇ ਮਨ ਦਾ ਯਾਦ ਕਰਾਂਗੇ ਅਸੀਂ ਆਪਣੇ ਮਨ ਨੂੰ ਸਰੀਰ ਨਾ ਕਰ ਸਕੇ ਸੇ
Kiri mana yang dimakan, yang dimakan.
गोपत हीर हर रखा
ਵਾਹਿਗੁਰੂ ਜੀ ਕਾ ਖਾਲਸਾ।